ਅੱਜ ਦੀ ਪੋਲਾ ਬੌਸਮ ਦੀ ਐਗਰੀਕਲਚਰ ਸਰਵਿਸ ਸੁਸਾਇਟੀ ਵਿੱਚੋਂ 34 ਸਾਲ 6 ਮਹੀਨੇ 15 ਦਿਨ ਦੀ ਇਮਾਨਦਾਰੀ ਅਤੇ ਮਿਹਨਤ ਨਾਲ ਸਰਵਿਸ ਕਰਕੇ ਕੁਲਦੀਪ ਸਿੰਘ ਪੋਲਾ ਸੇਵਾ ਮੁਕਤ ਹੋਏ। ਇਸ ਮੌਕੇ ਰਜਿਸਟਰ ਸਹਿਕਾਰੀ ਸੇਵਾਵਾਂ ਸਰਹੰਦ ਵਰਿੰਦਰ ਸਿੰਘ ਸੰਧੂ ਆਡਿਟ ਅਫਸਰ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਹਿਕਾਰੀ ਸਭਾਵਾਂ ਯੂਨੀਅਨ ਸਹਿਕਾਰੀ ਪ੍ਰਬੰਧਕ ਕਮੇਟੀ ਸਾਬਕਾ ਪ੍ਰਬੰਧਕ ਕਮੇਟੀ ਪਤਵੰਤੇ ਸੱਜਣ ਅਤੇ ਰਿਸ਼ਤੇਦਾਰਾਂ ਨੇ ਕੁਲਦੀਪ ਸਿੰਘ ਪੋਲਾ ਨੂੰ ਸੇਵਾ ਮੁਕਤ ਮੌਕੇ ਸੋਨੇ ਦੀਆਂ ਛਾਂਪਾਂ ਅਤੇ ਕਈ ਉਪਹਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੁਲਦੀਪ ਸਿੰਘ ਪੋਲਾ ਨੇ ਕਿਹਾ ਕਿ ਉਹਨਾਂ 34 ਸਾਲ ਬੌਸਮ ਦੀ ਐਗਰੀਕਲਚਰ ਸੇਵਾ ਸੁਸਾਇਟੀ ਵਿੱਚ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਉਹ ਰਹਿੰਦੇ ਸਮੇਂ ਵਿੱਚ ਵੀ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਉਹਨਾਂ ਦੇ ਖਾਸ ਮਿੱਤਰ ਕੁਲਵੰਤ ਸਿੰਘ ਖਰੋੜਾ, ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬਹਿਲੋਲਪੁਰ, ਸੀਨੀਅਰ ਪੱਤਰਕਾਰ ਅਸ਼ੋਕ ਚਾਂਜੀ ਅਤੇ ਪੱਤਰਕਾਰ ਬਹਾਦਰ ਸਿੰਘ ਟਵਾਣਾ ਮੌਜੂਦ ਸਨ। ਜੋ 1984 ਦੇ ਵਿੱਚ ਪੋਲਾ ਸੁਸਾਇਟੀ ਦੇ ਵਿੱਚ ਸੇਲਜਮੈਨ ਭਰਤੀ ਹੋਇਆ ਸੀ, ਮੈਂ 35 ਸਾਲ ਇਸ ਸਭਾ ਦੇ ਵਿੱਚ ਪਹਿਲਾਂ ਬਤੌਰ ਸੇਲਜਮੈਨ ਅਤੇ ਹੁਣ ਬਤੌਰ ਸੈਕਟਰੀ ਕੰਮ ਕੀਤਾ। ਮੈਨੂੰ ਅੱਜ ਜਦੋਂ ਮੈਂ ਸੇਵਾ ਮੁਕਤ ਹੋਇਆ, ਮੈਨੂੰ ਅੱਜ ਬਹੁਤ ਮਾਣ ਮਿਲਿਆ। ਮੈਂ ਇਹ ਮਾਣ ਕਦੇ ਆਪਣੀ ਜ਼ਿੰਦਗੀ 'ਚ ਭੁੱਲੂੰਗਾ ਨਹੀਂ ਅਤੇ ਮੇਰਾ ਪਰਿਵਾਰ ਵੀ ਨਹੀਂ ਭੁੱਲੂਗਾ, ਜਿਹੜਾ ਮੈਨੂੰ ਅੱਜ ਸਾਡੇ ਨਗਰ ਨੇ, ਮੇਰੀ ਕਮੇਟੀ ਨੇ ਅਤੇ ਮੇਰੇ ਅਫਸਰਾਂ ਨੇ ਮਾਨ ਸਨਮਾਨ ਦਿੱਤਾ ਹੈ, ਮੇਰੀ ਯੂਨੀਅਨ ਨੇ ਮਾਨ ਸਨਮਾਨ ਦਿੱਤਾ ਹੈ। ਇਹ ਅਸੀਂ ਕਦੇ ਭੁੱਲਾਂਗੇ ਨਹੀਂ। ਇਹਨਾਂ ਦਾ ਸਿਰ ਮੱਥੇ ਪ੍ਰਵਾਨ ਅਤੇ ਬਾਕੀ ਦਾ ਜੋ ਮੇਰੀ ਪਰਮਾਤਮਾ ਜੋ ਮੈਨੂੰ ਸਾਸ ਬਖਸ਼ੂਗਾ, ਜਿਹਨੇ ਵੀ ਬਖਸ਼ੂਗਾ, ਮੈਂ ਉਹ ਸਮਾਜ ਦੀ ਸੇਵਾ ਵਿੱਚ ਬਿਨਾਂ ਪੱਖਪਾਤ ਤੋਂ ਕਿਸੇ ਤੋਂ ਵੀ ਮੈਂ ਉਹਨੂੰ ਸੇਵਾ ਕਰੂੰਗਾ। ਜਿਹਨੇ ਵੀ ਮੇਰਾ ਜਿਹੜਾ ਮਨ ਦੀ ਆ ਵੀ ਮੈਂ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਮਦਦ ਕਰਕੇ ਮੇਰਾ ਮਨ ਖੁਸ਼ ਹੁੰਦਾ, ਮੈਂ ਉਹਨਾਂ ਦੀ ਮਦਦ ਕਰਕੇ ਆਪਣੇ ਵੱਧ। ਕੁਲਦੀਪ ਸਿੰਘ ਬਹੁਤ ਹੀ ਨਿਹਾਇਤ ਸ਼ਰੀਫ ਅਤੇ ਮਿਹਨਤੀ ਸੀਗੇ ਜੀ। ਇਹਨਾਂ ਨੇ ਆਪਣੀ ਮਿਹਨਤ ਦੀ ਸਦਕਾ ਸੁਸਾਇਟੀ ਨੂੰ ਆਪਣੀ ਉੱਚੀਆਂ ਬੁਲੰਦੀਆਂ 'ਤੇ ਲੈ ਕੇ ਗਏ ਨੇ ਅਤੇ ਇਹ ਅੱਜ ਰਿਟਾਇਰ ਹੋਏ ਨੇ, ਅਸੀਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਬਹੁਤ ਖੁਸ਼ੀ ਭਰਿਆ ਦਿਨ ਹੈ ਵੀ ਸਰਦਾਰ ਕੁਲਦੀਪ ਸਿੰਘ ਆਪਣੀ 35 ਸਾਲ ਦੀ ਬੇਦਾਗ ਸਰਵਿਸ ਕਰਕੇ ਅੱਜ ਆਪਣੇ ਘਰ ਨੂੰ ਜਾ ਰਹੇ ਨੇ ਅਤੇ ਇਹ ਹੁਣ ਤੱਕ ਸਾਡੇ ਯੂਨੀਅਨ ਦੇ ਸਰਪ੍ਰਸਤ ਵੀ ਰਹੇ ਅਤੇ ਯੂਨੀਅਨ ਦੇ ਵਿੱਚ ਇਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇੱਕ ਨਿਧੜਕ ਯੋਧੇ ਸੀ ਯੂਨੀਅਨ ਦੇ ਅਤੇ ਬਾਕੀ ਜੋ ਇਹਨਾਂ ਦੀ ਇਮਾਨਦਾਰੀ ਹੈ ਅਤੇ ਉਹ ਹੈ ਅੱਜ ਦਾ ਇਕੱਠ ਹੈ ਉਹੀ ਦੱਸਦਾ ਵੀ ਇਹਨੇ ਕਿੰਨੀ ਇਮਾਨਦਾਰੀ ਅਤੇ ਕਿੰਨੀ ਮਿਹਨਤ ਨਾਲ ਇੱਥੇ ਇਸ ਸਭਾ ਨੂੰ ਉੱਚੇ ਬੁਲੰਦੀਆਂ ਤੱਕ ਲੈ ਗਏ ਨੇ ਅਤੇ ਯੂਨੀਅਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜਦੋਂ ਅਸੀਂ ਲੰਗਰ ਲਾਉਂਦੇ ਹਾਂ ਸਿੰਘ ਸਭਾ ਨੂੰ ਉਹਦੇ 'ਚ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀ ਅਤੇ ਅੱਗੇ ਵੀ ਹੱਥ ਵੀ ਲੈਂਦੇ ਰਹਿਣਗੇ ਅਤੇ ਇਹਨਾਂ ਵਿੱਚ ਜਿਹੜੀ ਸ਼ਖਸੀਅਤ ਹੈ ਬਹੁਤ ਸੱਚੇ ਸੁੱਚੇ ਇਨਸਾਨ ਅਤੇ ਬੜੀਆਂ ਹਨੇਰੀਆਂ ਝੁੱਲੀਆਂ ਇਹਨਾਂ ਦੇ ਉੱਤੇ ਪਰ ਇਹਨਾਂ ਨੇ ਉਹਦਾ ਬੜੀ ਦ੍ਰਿੜਤਾ ਨਾਲ ਬੜੀ ਦਲੇਰੀ ਨਾਲ ਉਹਦਾ ਜਿਹੜਾ ਇਹਨਾਂ ਨੇ ਸਾਹਮਣਾ ਕੀਤਾ ਅਤੇ ਬੇਦਾਗ ਹੋ ਕੇ ਸਮਾਜ ਦੇ ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।